डाउनलोड पई आ ठीक है सब समझ सकते हो कि मैं कितनी सोहनी हो गई एल्बम ठीक है ते गेम ओवर खान नौजला रूपण पल या प्रूफ ते होर दिलप्रीत वीएफएक्स मैन ठीक है एडिटिंग वीएफएक्स डायरेक्टर सब कुछ दिलप्रीत विराप आ ठीक है ते बाकी रिहान रैकेट का जन्म ध्याय है ते आ जाओ देखते हैं की चीज़ है गेम ओवर दी वीडियो क्योंकि काफ़ी क्लासी जी वीडियो लग रही मैं वाइट वाइट काफ़ी कुछ होएगा क्योंकि फोटोज वगैरह जो आई पाई से कर सेक्सी मैन लुक वाइज बहुत सेक्सी होएगा ना भाई फिर दीदी और घोड़े कट्टी जट ने भी टोर घोड़े पूरा कम बता फलोर घोड़े मैं यार बंदे दी लुक देखो यार तुसी क्या बात है करण वर्कड ऑन हिज लुक ऑन हिज वेट बॉडी सब कुछ क्या बात है हेयर स्टाइल चेंज सारा कुछ मतलब वो बंदा जो जंप कर रहा है ना ठीक है तो पता लग रहा है कि वो कितना हल्का फील कर रहा है तो कितना एंजॉय कर रहा है वो मोमेंट करन देख के he's not from India, ठीक है? वो पंजाब दा मुंडा नहीं है वो ठीक है उदे कपड़े उदे टैटूज उदा स्टाइल इन्ना वर्क होया इन्ना कुछ चेंज होया वेयर हेड विच एक्चुअल वेयर हेड ठीक है क्या बात है ਲੋਕੀ ਨਾਰ ਜੱਟ ਦੀ ਆਉਂਦੀ ਐ ਤਤ ਮੇਰੇ ਵੱਲ ਦੇਖੇ ਉਹ ਹੱਥਾਂ ਨਾਲ ਹੱਟ ਬਣਾਉਂਦੀ ਐ ਰੱਬ ਨੇ ਦਿੱਤਾ ਬਹਾਲਾ ਤੈਨੂੰ ਹੁਸਨਾ ਦੀ ਨਾ ਥੋੜ ਕੁੜੇ ਨੀ ਨਖਰੇ ਦੀ ਪਰਸੈਂਟੇਜ ਜ਼ਿਆਦਾ ਥੋੜੀ ਗੁੱਸੇ ਖੋਰ ਕੁੜੇ ਐ ਮੋਵ ਤੇਰੀ ਕਾਰ ਮਰਸੀਡੀ ਕੁੜੇ ਐ ਮੋਵ ਵਿੱਚ ਔਜਲੇ ਦੀ ਸੀਡੀ ਕੁੜੇ ਐ ਮੋਵ ਮੇਰੇ ਪਿੱਛੇ ਐਲੇ ਫੀੜੀ ਸਾ ਐ ਮੋਵ ਗੇਮ ਓਵਰ ਗੇਮ ਓਵਰ ਮੋਰਾ ਤੋ ਚੋਰੀ ਗੋਰੀ ਨੇ जवाक ताही बत्ती तों पंताली चेंज मैं बोर करी है देखो मैं कहूंगा नहीं कुछ पर हुण जिहड़ा सीन है उहड़ा उत्थे ना ध्यान नाल देखियो ध्यान नाल यार यार ने फेक गिड़ी मुड़े मार मार ना देख फिर मैं तेरी रीच तो बार जिटा मेनू बार बार ना देख मेरे नाल बोल बोल ना जाए मेरे कोल कोल ना आ मैं क्या गुस्से होया कर बस प्यार प्यार ना देख बोरी गर्दन तेरी जी तो बाढ़ जाते ने दिल कुड़े नी पिछे छड़दा कॉटन सच्ची ने चिर तेरा सिल्क कुड़े अख तेरी ने की लिया मैनू मैं भी अड़िए करदा की मेन तेरा ते मेरा कुड़िए शुगर दे नाल इंडियन टी ए मोव अल्लाह खूब खूब सूरती है ए मोव तंग बखियां तो कुड़ती है ए मोव तेनू की दी दस गुड़ती है ए मोव Big shout out to Dilpreet Vira. Big shout out to Dilpreet Vira. It feels like a festival.
ਟਰੈਕ ਸੁਣ ਕੇ ਇੰਨਾ ਵੱਡਾ ਫੀਲ ਹੁੰਦਾ ਨਾ ਇਹ ਗਾਣਾ ਐਕਚੁਅਲ 'ਚ, ਮੈਨੂੰ ਤਾਂ ਵੀਡੀਓ ਦੇਖ ਕੇ ਵੀ ਫੀਲ ਹੋਇਆ ਕਿ ਹਾਂ ਇਟਸ ਸੋ ਬਿਗ, ਠੀਕ ਹੈ। ਗਾਣਾ ਇੰਨਾ ਕੁ ਵੱਡਾ ਹੈ ਕਿ ਕੋਈ ਬੰਦਾ ਜਿੰਨਾ ਮਰਜ਼ੀ ਇਸ ਗਾਣੇ ਨੂੰ ਕੋਪ ਅਪ ਕਰਨ ਦੀ ਕੋਸ਼ਿਸ਼ ਕਰ ਲਵੇ ਜਾਂ ਇਸ ਗਾਣੇ ਨਾਲ ਖਹਿਣ ਦੀ ਕੋਸ਼ਿਸ਼ ਕਰ ਲਵੇ, ਨਹੀਂ ਕਵਰ ਕਰ ਸਕਦਾ, ਠੀਕ ਆ। ਅਤੇ ਸੀਰੀਅਸਲੀ ਰੁਕਣ ਵੀਰੇ, ਤੁਸੀਂ ਵੀਡੀਓ ਨੂੰ ਇੰਨਾ ਕੁ ਕਲਾਸੀ ਇੱਦਾਂ ਫੀਲ ਹੋ ਰਿਹਾ, ਮੈਂ ਡੀਜੇ ਖਾਲਿਦ ਜਸਟਿਨ ਬੀਬਰ ਹੋਰਾਂ ਦੀ ਵੀਡੀਓਜ਼ ਦੇਖ ਰਿਹਾ, ਕੋਈ ਕਿਸੇ ਵੀਕੈਂਡ ਹੋਰਾਂ ਦੀ ਫਿਲਮ ਵੀਡੀਓਜ਼ ਦੇਖ ਰਿਹਾ, ਠੀਕ ਹੈ। ਕਿਆ ਕੁਆਲਿਟੀ ਹੈ, ਕਿਆ ਉਹਦੀ ਸ਼ਾਰਪਨੈਸ ਹੈ, ਕਿਆ ਸੋਹਣੇ ਕਲਰਸ ਹੈ। ਉਹ ਬਲੂ ਹੈ ਨਾ, ਜੋ ਬਲੂ ਹੈ ਇੱਕ, ਉਹ ਬਲੂ ਵੀ ਇੰਨਾ ਪਿਆਰਾ ਬਲੂ ਹੈ, ਇੱਕ ਆਮ ਬਲੂ ਨਹੀਂ ਹੈਗਾ ਕਿ ਕਵਰ ਤੋਂ ਸਿਲੈਕਟ ਕਰਕੇ ਸਕਾਈ ਨੂੰ ਬਲੂ ਕਰ ਦਿੰਦੇ ਆਮ ਪੰਜਾਬੀ ਗਾਣੇ 'ਚ, ਨਾ ਮੈਂ ਜਿੱਥੇ ਜਿਹੜਾ ਕਲਰ ਆ ਉਹ ਇੰਨਾ ਪਰਫੈਕਟ ਅਤੇ ਇੰਨਾ ਸਹੀ ਤਰੀਕੇ ਨਾਲ ਕੀਤਾ ਗਿਆ ਰਹਿਣਾ, ਜਿਵੇਂ ਜ਼ੂਮ ਕਰਕੇ ਪੈਨਸਲ ਨਾਲ ਰੰਗ ਭਰੇ ਹੁੰਦੇ ਨਾ, ਉਹ ਵਾਲੀ ਫੀਲ ਆਈ ਮੈਨੂੰ ਸੀਰੀਅਸਲੀ। ਮਤਲਬ ਮੈਂ ਇਹ ਗਾਣਾ ਨਾ ਮੈਨੂੰ ਫੇਰ ਤੋਂ ਮਤਲਬ ਸੁਣਨ ਲਈ ਬਹੁਤ ਜ਼ਿਆਦਾ ਇੱਕ ਵੱਡੀ ਚੀਜ਼ ਮਿਲ ਗਈ, ਕਿਉਂਕਿ ਮੈਂ ਵੀਡੀਓ ਦੇਖਣ ਲਈ ਸੁਣ ਜਾਊਂਗਾ, ਠੀਕ ਆ। ਕਰਨ ਬਾਈ ਉਹਦੇ ਆਲੇ ਦੁਆਲੇ ਇੰਨੀਆਂ ਕੁੜੀਆਂ, ਸਾਰਾ ਕੁਛ ਠੀਕ ਆ, ਠੀਕ ਆ। ਕੁੜੀਆਂ ਬਿਕਨੀਸ 'ਚ ਨੇ, ਠੀਕ ਆ, ਆਪਾਂ ਨੂੰ ਪਤਾ, ਠੀਕ ਆ। ਉਹਨੇ ਉਸ ਤਰੀਕੇ ਦੀ ਵਾਈਬ ਦਿਖਾਈ, ਮੈਕਸੀਕਨ ਵਾਈਬ, ਥੋੜ੍ਹੀ ਚਿਲ ਮਾਹੌਲ ਦਿਖਾਇਆ ਉਹਨੇ, ਠੀਕ ਆ। ਬਟ ਉਹਨੇ ਕਿਸੇ ਵੀ ਕੁੜੀ ਨੂੰ ਟੱਚ ਨਹੀਂ ਕੀਤਾ ਹੈਗਾ, ਤੁਸੀਂ ਦੇਖ ਲਿਓ, ਠੀਕ ਹੈ। ਇਹ ਤੋਂ ਪਤਾ ਲੱਗਦਾ ਉਹ ਆਪਣੇ ਇਸ਼ਾਰੇ ਜੋ ਮਰਜ਼ੀ ਕਰ ਰਿਹਾ, ਠੀਕ ਹੈ। ਬਟ ਕਰਨ ਜਿਹਨੇ ਟੱਚਡ ਅ ਸਿੰਗਲ ਗਰਲ, ਠੀਕ ਹੈ, ਬਹੁਤ ਕੁਛ ਹੁੰਦਾ। ਚਲੋ ਹਾਂ, ਮਾੜਾ ਮੋਟਾ ਜੇ ਹੱਥ ਹੁੱਥ ਲਾ ਵੀ ਲੈਂਦਾ ਤਾਂ ਕੁਛ ਕਰ ਵੀ ਲੈਂਦਾ ਤਾਂ ਵੀ ਕੋਈ ਹਾਲ ਨਹੀਂ, ਕੋਈ ਬੁਰਾਈ ਨਹੀਂ ਸੀਗੀ ਉਹਦੇ 'ਚ, ਠੀਕ ਹੈ। ਬਟ ਹੀ ਡਿਡਨਟ ਡਿਡ ਦੈਟ ਆਲਸੋ, ਠੀਕ ਹੈ। ਉਹਨੇ ਬਹੁਤ ਵਧੀਆ ਤਰੀਕੇ ਨਾਲ ਵਰਕ ਕੀਤਾ, ਪੰਜਾਬ ਦਾ ਡੈਨ ਬਿਲਜ਼ੇਰੀਅਨ ਬਣਿਆ ਉਹ ਅੱਜ, ਠੀਕ ਹੈ। ਅਤੇ ਲਵਡ ਇਟ ਮੈਨ, ਆਈ ਲਵਡ ਯੋਰ ਵਰਕ, ਸੀਰੀਅਸਲੀ ਕਹਿੰਦਾ ਆਈ ਲਵਡ ਯੋਰ ਵਰਕ। ਅਤੇ ਖਿੱਚ ਕੇ ਰੱਖੋ ਕੰਮ ਅੱਗੇ, ਆਈ ਥਿੰਕ ਦੇਨ ਉਹਦੀ ਆ, ਉਹਦੀ ਪਤਾ ਨਹੀਂ ਕਿਹਦੀ ਵੀਡੀਓ ਆਉਣੀ ਆ ਹੁਣ, ਅਤੇ ਵੇਟ ਆ ਦੇਖਦੇ ਕਦੋਂ ਆਉਂਦੀ ਆ। ਸਤਿ ਸ਼੍ਰੀ ਅਕਾਲ।